ਜਿਹੜਾ ਕੈਲੰਡਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ 9 ਸਾਲਾਂ ਦੇ ਉੱਤੋਂ ਨਾਨਕਸ਼ਾਹੀ ਨਾਮ ਦੇ ਹੇਠ ਛਾਪ ਕੇ ਕੌਮ ਦੇ ਵਿੱਚ ਵੰਡਦੀ ਆ ਉਹ ਅਸਲ ਵਿੱਚ ਵਿਕਰਮੀ ਕੈਲੰਡਰ ਹੈ। ਜਿਹੜਾ ਕੈਲੰਡਰ ਅੱਜ ਅਕਾਲ ਤਖਤ ਸਾਹਿਬ ਦੇ ਤੇ ਅਰਦਾਸ ਕਰਕੇ ਦਲ ਖਾਲਸਾ ਵੱਲੋਂ ਜਾਰੀ ਕੀਤਾ ਗਿਆ ਆ ਇਹ 2003 ਦੇ ਵਿੱਚ ਜਿਹੜਾ ਕੌਮ ਨੇ ਪ੍ਰਵਾਨਿਤ ਕੀਤਾ ਹੈ ਮੂਲ ਨਾਨਕਸ਼ਾਹੀ ਕੈਲੰਡਰ ਆ ਉਹ ਆ ਔਰ ਜਿਹੜਾ 2003 ਦੇ ਵਿੱਚ ਇਹ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਮੇਰੇ ਹੱਥ 'ਚ ਆ ਇਹਨੂੰ 2010 ਦੇ ਵਿੱਚ ਸੰਤ ਸਮਾਜ ਦੇ ਪ੍ਰੈਸ਼ਰ ਹੇਠ ਆ ਕੇ ਸ਼੍ਰੋਮਣੀ ਕਮੇਟੀ ਨੇ ਮਿਲਗੋਭਾ ਕੀਤਾ ਅੱਧੀਆਂ ਤਰੀਕਾਂ ਇਹਦੇ ਵਾਲੀਆਂ ਰੱਖ ਲਈਆਂ ਅੱਧੀਆਂ ਵਿਕਰਮੀ ਵਾਲੀਆਂ ਕਰਨੀਆਂ ਪਰ 2015 ਦੇ ਵਿੱਚ ਜਾ ਕੇ ਤੇ ਸਾਰੀਆਂ ਤਰੀਕਾਂ ਵਿਕਰਮੀ ਵਾਲੀਆਂ ਕਰਤੀਆਂ। ਸੋ ਜਿਹੜਾ ਕੈਲੰਡਰ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਹੁੰਦਾ ਹੈ ਉਹ ਅਸਲ ਦੇ ਵਿੱਚ ਵਿਕਰਮੀ ਕੈਲੰਡਰ ਹੈ ਔਰ ਅੱਜ ਜਿਹੜਾ ਕੈਲੰਡਰ ਜਾਰੀ ਕੀਤਾ ਗਿਆ ਹੈ ਮੂਲ ਨਾਨਕਸ਼ਾਹੀ ਕੈਲੰਡਰ ਹੈ ਔਰ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਹਾਂ। ਦੇਖੋ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵਉੱਚ ਸੰਸਥਾ ਹੈ ਔਰ ਉਹਨਾਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਾਡੀ ਅਪੀਲ ਹੈ ਕਿ ਜਿਹੜਾ ਭੰਬਲ ਭੂਸਾ ਕੌਮ ਦੇ ਵਿੱਚ ਪਿਆ ਹੋਇਆ ਜਿਹੜੀ ਦੁਬਦਾ ਕੈਲੰਡਰ ਨੂੰ ਲੈ ਕੇ ਪਈ ਹੋਈ ਹੈ ਉਹਦੇ 'ਤੇ ਸੰਜੀਦਗੀ ਵਿਖਾਲਣ। ਦੋਵੇਂ ਧੜੇ ਜਿਹੜੇ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀ ਨੇ ਅਤੇ ਜਿਹੜੇ ਵਿਕਰਮੀ ਕੈਲੰਡਰ ਦੇ ਹਮਾਇਤੀ ਨੇ ਦੋਵੇਂ ਕੌਮ ਦਾ ਹਿੱਸਾ ਨੇ ਅਸੀਂ ਮੰਨਦੇ ਹਾਂ। ਦੋਵਾਂ ਨੂੰ ਬਿਠਾਉਣਾ ਚਾਹੀਦਾ ਹੈ, ਦੋਵਾਂ ਦੇ ਮਾਹਰ ਬਹਿਣ ਔਰ ਕਿਸੇ ਸਨਮਾਨਜਨਕ ਨਤੀਜੇ ਦੇ ਉੱਤੇ ਪਹੁੰਚਿਆ ਜਾਵੇ ਔਰ ਇੱਕ ਅਡਰੀ ਹੋਣ ਦਾ ਸਿੱਧਾ ਪ੍ਰਤੀਕ ਜਿਹੜਾ ਕੈਲੰਡਰ ਹੁੰਦਾ ਆ ਉਹ ਕੌਮ ਨੂੰ ਸੌਂਪਿਆ ਜਾਣਾ ਚਾਹੀਦਾ। ਪਰ ਜਿਹੜੇ ਗੁਰਪੁਰਬ ਆ ਫਿਲਹਾਲ ਉਸ ਕੈਲੰਡਰ ਤੇ ਹੀ ਮਨਾਏ ਜਾ ਰਹੇ ਜਿਨ੍ਹਾਂ ਨੂੰ ਤੁਸੀਂ ਜਿਹੜਾ ਹੈ ਵਿਕਰਮੀ ਕੈਲੰਡਰ ਕਹਿੰਦੇ ਹੋ। 2003 ਤੋਂ 10 ਤੱਕ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਏ ਗਏ ਕਿਉਂਕਿ ਕੌਮ ਦੇ ਵਿੱਚ ਮੈਂ ਫਿਰ ਕਹਿ ਰਿਹਾ ਕਿਉਂਕਿ ਕੌਮ ਦਾ ਬਹੁਤਾਤ ਹਿੱਸਾ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਕੈਲੰਡਰ ਨੂੰ ਮੰਨ ਲੈਂਦਾ ਹੈ ਕਿਉਂਕਿ ਉਹਨਾਂ ਦਾ ਘੇਰਾ ਵੱਡਾ ਆ, ਉਹਨਾਂ ਦੇ ਕੋਲੋਂ ਗੁਰੂ ਘਰਾਂ ਦਾ ਪ੍ਰਬੰਧ ਜ਼ਿਆਦਾ ਵੱਡਾ ਆ, ਇਸ ਕਰਕੇ ਜਿੱਥੇ ਜਿੱਥੇ ਉਹਨਾਂ ਕੋਲ ਗੁਰੂ ਘਰਾਂ ਦੇ ਪ੍ਰਬੰਧ ਨੇ ਉਹ ਵਿਕਰਮੀ ਕੈਲੰਡਰ ਅਨੁਸਾਰ ਮਨਾਉਣਾ ਸ਼ੁਰੂ ਕਰ ਦਿੰਦੇ ਨੇ ਔਰ ਅਸੀਂ ਮੈਂ ਇਹ ਨਹੀਂ ਕਹਿੰਦਾ ਚਲੋ ਮਨਾਉਂਦੇ ਤਾਂ ਹੈ ਨੇ ਨਾ, ਗੱਲ ਸਿਰਫ ਇੰਨੀ ਮੈਂ ਕਹਿਣੀ ਚਾਹੁੰਦਾ ਕਿ ਜਿਹੜੀ ਦੁਬਧਾ ਆ ਨਾ ਸਾਡੇ ਵਿੱਚ ਵੀ ਅੱਧੇ ਗੁਰਪੁਰਬ ਨਾਨਕਸ਼ਾਹੀ, ਵੇਖੋ ਹੁਣ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਨਾਨਕਸ਼ਾਹੀ ਮੁਤਾਬਕ, ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਜਿਹੜੀ ਅਮਰੀਕਾ ਦੀ ਉਹ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਂਦੇ ਨੇ। ਦਿੱਲੀ ਕਮੇਟੀ ਨੇ ਵੀ ਇੱਥੇ ਤੱਕ ਵਿਰੋਧ ਕੀਤਾ ਸੀ ਜਦੋਂ 2010 ਦੇ ਜਿਹੜਾ ਮਿਲਗੋਭਾ ਆਇਆ ਸੀ, ਪਰ ਇੱਕ ਸ਼੍ਰੋਮਣੀ ਕਮੇਟੀ ਆ ਜਿਹੜੀ ਵਜੇਦ ਅੜ ਕੇ ਬਹਿ ਗਈ ਆ ਵੀ ਨਹੀਂ ਜੀ ਅਸੀਂ ਤਾਂ ਹੁਣ ਵਿਕਰਮੀ ਮੁਤਾਬਕ ਹੀ ਜਾਣਾ। ਸੋ ਇਸ ਕਰਕੇ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਇੱਥੇ ਸੰਜੀਦਗੀ ਦਾ ਰੋਲ ਅਦਾ ਕਰਨ ਔਰ ਇਹ ਦੁਬਧਾ ਦੂਰ ਕਰਨ ਦੇ ਲਈ ਦੋਵਾਂ ਹੀ ਧੜਿਆਂ ਦੇ ਮਾਹਿਰਾਂ ਦੀ ਜਿਹੜੀ ਮੀਟਿੰਗ ਸੀ ਉਹ ਸ਼ੁਰੂ ਕਰਨ। ਕਾਰਨ ਬੜਾ ਸਾਫ ਆ, ਜਦੋਂ 2003 ਦੇ ਵਿੱਚ ਕੈਲੰਡਰ ਜਾਰੀ ਹੋਣਾ ਸੀ ਸ਼ਾਇਦ ਤੁਹਾਨੂੰ ਯਾਦ ਹੋਵੇ ਉਦੋਂ ਵੀ ਆਰਐਸਐਸ ਦੇ ਮੁਖੀ ਦਾ ਇਹ ਜ਼ੋਰ ਲੱਗਾ ਸੀ ਵੀ ਇਹ ਕੈਲੰਡਰ ਨਾ ਜਾਰੀ ਹੋਵੇ ਕਿਉਂਕਿ ਕੈਲੰਡਰ ਜਦੋਂ ਕੋਈ ਕੌਮ ਜਾਰੀ ਕਰਦੀ ਹੈ ਨਾ ਵੇਖੋ ਹਰ ਕੌਮ ਦਾ ਆਪਣਾ ਕੈਲੰਡਰ ਆ, ਕਿਸੇ ਨੇ ਸੂਰਜੀ ਦੇ ਮੁਤਾਬਕ ਕੀਤਾ ਆ, ਕਿਸੇ ਨੇ ਚੰਦਰਮਾ ਦੀ ਚਾਲ ਦੇ ਮੁਤਾਬਕ ਕੀਤਾ ਆ, ਉਹ ਆਪੋ ਆਪਣੀ ਕੌਮ ਦੇ ਹਿਸਾਬ ਨਾਲ ਤੈਅ ਕੀਤਾ ਜਾਂਦਾ ਹੈ। ਪਰ ਉਦੋਂ ਇਹ ਜ਼ੋਰ ਲੱਗ ਗਿਆ ਇਹ ਵੀ ਇਹ ਆਪਣਾ ਅਲੱਗ ਕੈਲੰਡਰ ਨਾ ਕਰਨ, ਇਹ ਵਿਕਰਮੀ ਕੈਲੰਡਰ ਮੰਨਣ ਸਿੱਖ ਵੀ ਕਿਉਂਕਿ ਇਹਦੇ ਨਾਲ ਉਹ ਸਾਨੂੰ ਦੁਨੀਆ ਦੇ 'ਚ ਇਹ ਸ਼ੋਅ ਕਰਦੇ ਨੇ ਵੀ ਵੇਖੋ ਜੀ ਇਹ ਵੀ ਵਿਕਰਮੀ ਦੇ ਮੁਤਾਬਕ ਚੱਲਦੇ ਨੇ, ਇਹ ਵੀ ਹਿੰਦੂਤਵ ਦਾ ਇੱਕ ਹਿੱਸਾ ਹੀ ਨੇ, ਇਹ ਵੀ ਹਿੰਦੂ ਹੀ ਨੇ ਜਿਹੜੀ ਉਹ ਆਪਣੀ ਸੰਵਿਧਾਨ ਦੇ ਵਿੱਚ ਵੀ ਗੱਲ ਕਹਿੰਦੇ ਨੇ। ਸੋ ਅਸੀਂ ਹਿੰਦੂ ਨਹੀਂ ਆ, ਸਾਡਾ ਇੱਕ ਵੱਖਰਾਪਨ ਆ, ਸਾਡਾ ਇੱਕ ਨਿਆਰਾਪਨ ਆ, ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਆਰਐਸਐਸ ਦਾ ਅਤੇ ਜਿਹੜੀ ਇੰਡੀਅਨ ਸਟੇਟ ਆ ਉਹਦਾ ਤਾਂ ਜ਼ੋਰ ਲੱਗਾ ਆ ਕਿ ਸਿੱਖ ਮੇਨਸਟ੍ਰੀਮ ਪੋਲੀਟਿਕਸ ਦਾ ਇੱਕ ਹਿੱਸਾ ਬਣੇ ਰਹਿਣ, ਹਿੰਦੂਤਵ ਦਾ ਹਿੱਸਾ ਬਣੇ ਰਹਿਣ, ਪਰ ਅਸੀਂ ਉਹਨਾਂ ਦਾ ਹਿੱਸਾ ਨਹੀਂ ਹੈ, ਇਸ ਕਰਕੇ ਸਾਡਾ ਇਹ ਅਲੱਗ ਕੈਲੰਡਰ ਹੋਣਾ ਚਾਹੀਦਾ ਹੈ। ਪਰ ਉਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾ ਨੇ ਜਦੋਂ ਭਾਜਪਾ ਦੇ ਨਾਲ ਉਹਨਾਂ ਦੀ ਰਲਗੱਢ ਸੀ ਉਹਨਾਂ ਦੇ ਪ੍ਰੈਸ਼ਰ ਅਧੀਨ ਆ ਕੇ ਅਤੇ ਥੋੜ੍ਹਾ ਜਿਹਾ ਸੰਤ ਸਮਾਜ ਦੇ ਪ੍ਰੈਸ਼ਰ ਅਧੀਨ ਆ ਕੇ ਇਹਦਾ ਭੋਗ ਪਾਇਆ ਸੀ, ਇਹਦਾ ਮਿਲਗੋਭਾ ਕੀਤਾ ਸੀ ਜਿਹੜਾ ਅੱਜ ਵੀ ਦੁਬਧਾ ਦੇ ਰੂਪ ਦੇ ਸਾਡੇ ਸਾਹਮਣੇ। ਦੇਖੋ ਸੁਖਬੀਰ ਸਿੰਘ ਬਾਦਲ ਤਾਂ ਕਹਿੰਦੇ ਵੀ ਕਿ ਮੈਂ ਪੰਥਕ ਦਾ ਚਿਹਰਾ ਆ, ਪੰਥ ਸਾਡੇ ਨਾਲ ਆ, ਕਿ ਲੱਗਦਾ ਕਿ ਫਿਰ ਪੰਥ ਦਾ ਚਿਹਰਾ ਨਜ਼ਰ ਦੋਹਰਾ ਚਿਹਰਾ ਨਜ਼ਰ ਆ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਕਾਫ਼ੀ? ਉਹ 2015 ਤੋਂ ਬਾਅਦ ਮੈਨੂੰ ਲੱਗਦਾ ਹੁਣ ਕਿਸੇ ਨੂੰ ਭੁਲੇਖਾ ਨਹੀਂ ਰਿਹਾ ਵੀ ਉਹ ਕਿੰਨਾ ਪੰਥ ਦਾ ਚਿਹਰਾ ਨੇ, ਇਹ ਤਾਂ ਹੁਣ ਰਿਟੋਰਿਕਸ ਨੇ ਜਿੰਨੀ ਵਾਰ ਮਰਜ਼ੀ ਕਹੀ ਜਾਣ। ਲੇਕਿਨ ਉਹ ਕਹਿੰਦੇ ਕਿਸਾਨੀ ਕਰਕੇ ਅਸੀਂ ਸਾਰਾ ਕੁਝ ਛੱਡਿਆ, ਪਰਿਵਾਰ ਛੱਡਿਆ, ਸਾਡਾ ਅਕਾਲੀ ਦਲ ਕਰਕੇ ਬਹੁਤ ਜ਼ਿਆਦਾ, ਸਾਰਿਆਂ ਨੂੰ ਪਤਾ ਕਾਹਦੇ ਕਰਕੇ ਛੱਡਿਆ ਆ, ਮਜਬੂਰੀ ਵਾਰ ਛੱਡਣਾ ਪਿਆ, ਇਹੋ ਸੁਖਬੀਰ ਸਿੰਘ ਬਾਦਲ ਨੇ ਜਿਨ੍ਹਾਂ ਨੇ ਇੱਕ ਠੋਕ ਕੇ ਬਿਆਨ ਦਿੱਤੇ ਵੀ ਨਹੀਂ ਜੀ ਕਿਸਾਨੀ ਬਿੱਲ ਤਾਂ ਵਧੀਆ ਬੜੇ ਨੇ, ਕਿਸਾਨਾਂ ਨੂੰ ਸਮਝ ਨਹੀਂ ਆਉਂਦੇ। ਅਤੇ ਮੈਂ ਫਿਰ ਕਹਿ ਰਿਹਾ ਲੋਕ ਹੁਣ ਜਾਗਰੂਕ ਹੋ ਗਏ ਨੇ, ਹੁਣ ਐਵੇਂ ਵਾਰ ਵਾਰ ਬਿਆਨ ਬਦਲਣ ਦੇ ਨਾਲ ਇਹਨਾਂ ਦੀ ਗੱਲ ਨਹੀਂ। ਲੇਕਿਨ ਬੀਜੇਪੀ ਫਿਰ ਦੁਬਾਰਾ ਤਾਂ ਕਹਿ ਰਹੀ ਕਿ ਅਕਾਲੀ ਦਲ ਦਾ ਸਾਥ ਸਾਨੂੰ ਚਾਹੀਦਾ ਹੀ ਚਾਹੀਦਾ, ਕਿ ਲੱਗਦਾ ਕਿ ਪਹਿਲਾਂ ਹੀ ਸਾਥ ਨਾਲ ਹੀ ਸੀਗਾ, ਫਿਰ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਤਾਂ ਮਜਬੂਰੀ ਵਾਸਤੇ ਇਹਨਾਂ ਨੂੰ ਛੱਡਣਾ ਪਿਆ ਜੀ, ਨਹੀਂ ਤਾਂ ਇਹਨਾਂ ਨੇ ਆਹ ਕੈਲੰਡਰ ਦੀ ਬੈਸਟ ਐਗਜ਼ਾਮਪਲ ਆ, ਜੇ ਤੁਹਾਡਾ ਇਹਨਾਂ ਸਾਥ ਟੁੱਟ ਗਿਆ ਸੀ ਤਾਂ ਫਿਰ ਇਹਨਾਂ ਦੇ ਪ੍ਰੈਸ਼ਰ ਤੋਂ ਬਾਹਰ ਨਿਕਲ ਕੇ ਤੁਸੀਂ ਇਹ ਕੈਲੰਡਰ ਨੂੰ ਦੁਬਾਰਾ ਫਿਰ ਲਾਗੂ ਕਿਉਂ ਨਹੀਂ ਕੀਤਾ। ਸੋ ਉਹ ਪ੍ਰੈਸ਼ਰ ਅਜੇ ਵੀ ਉਵੇਂ ਆ, ਇਹਨਾਂ ਦਾ ਤਾਂ ਜ਼ੋਰ ਲੱਗਾ ਕਿ ਕਦੋਂ ਦੁਬਾਰਾ ਫਿਰ ਉਹ ਕਦੇ ਸਾਡੂ ਮਾੜੀ ਜਿਹੀ ਆਵਾਜ਼ ਮਾਰਾਂ ਤੇ ਅਸੀਂ ਭੱਜ ਕੇ ਜਾਈਏ ਤੇ ਭਾਜਪਾ ਦੇ ਵਿੱਚ ਵੜ ਜਾਈਏ। ਸੋ ਮਤਲਬ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਹੁਣ ਉਹ ਸਾਡੀ ਸੰਸਥਾ ਦੇ ਉੱਤੇ ਇਸ ਟਾਈਮ ਕਾਬਜ਼ ਹੋ ਗਏ ਨੇ, ਪਰ ਉਹ ਪੰਥ ਦਾ ਕੋਈ ਚਿਹਰਾ ਨਹੀਂ ਹੁਣ ਰਹੇ, ਇਹ ਲੋਕਾਂ ਨੂੰ ਵਹਿਮ ਕੱਢ ਦੇਣਾ ਚਾਹੀਦਾ। ਲੇਕਿਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਮਤਲਬ ਕਿ ਕਈ ਵਾਰ ਬੜੇ ਵੱਡੇ ਬਿਆਨ ਦਿੱਤੇ ਜਾਂਦੇ ਨੇ, ਬਹੁਤ ਵੱਡੀਆਂ ਸੋਧਾਂ ਕੀਤੀਆਂ ਨੇ, ਕਿ ਲੱਗਦਾ
ਜਿਹੜਾ ਵੀ ਹੋਣਾ ਚਾਹੀਦਾ ਇੱਕ ਬਹੁਤ ਉੱਤੇ ਲੱਗਦਾ ਪ੍ਰੈਸ਼ਰ ਨਜ਼ਰ ਆ ਰਿਹਾ ਤੁਹਾਨੂੰ ਲੱਗਦਾ ਹੱਲ ਨਿਕਲ ਪਾਏਗਾ ਦੇਖੋ ਜੇ ਗੁਰੂ ਮਹਾਰਾਜ ਨੂੰ ਸਰਵਉੱਚ ਸਮਝਦੇ ਹਾਂ ਜੇ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਸਮਝਦੇ ਹਾਂ ਤੇ ਹੱਲ ਨਿਕਲ ਆਏਗਾ ਜੇ ਕਿਸੇ ਬੰਦੇ ਨੂੰ ਤੇ ਕਿਸੇ ਇੱਕ ਸੰਸਥਾ ਨੂੰ ਤੇ ਕਿਸੇ ਇੱਕ ਰਾਜਸੀ ਪਾਰਟੀ ਨੂੰ ਆਪ ਅਕਾਲ ਤਖਤ ਸਾਹਿਬ ਤੋਂ ਉੱਚਾ ਸਮਝਦੇ ਹਾਂ ਫਿਰ ਨਾ ਨਿਕਲੇਗਾ।